ਜੀ ਇਦਾਂ ਦਾ ਲੱਗਿਆ ਸਾਰਾ ਜਿਸ ਦੀ ਜਿਸ ਦੀਆਂ ਸਟੋਰੀਆਂ ਬਚਪਨ ਤੋਂ ਸੁਣਦੇ ਹੁੰਦੇ ਸੀਗੇ ਜੀ, ਉਸ ਦਾ ਹਿੱਸਾ ਬਣੇ ਹੋ ਤੁਸੀਂ ਹਮੇਸ਼ਾ ਨਾਲ ਨਾਲ ਜੀ ਰਾਜੇ ਦੇ ਜੀ ਹਜ਼ੂਰੀ ਕਰਨੀ ਪਈ ਜੀ, ਹੈ ਨਾ, ਕਿੱਦਾਂ ਦਾ ਲੱਗਿਆ ਤੁਹਾਨੂੰ ਫਿਲਮ ਦਾ ਹਿੱਸਾ ਬਣ ਕੇ? ਦੇਖੋ ਇਹ ਨਾ ਸਾਡੇ ਕੁਛ ਕੁ ਕਲਾਕਾਰਾਂ ਦੇ ਹਿੱਸੇ ਆਉਂਦੀ ਹੈ ਇਹ ਗੱਲ ਕਿ ਤੁਸੀਂ ਕਰਮਾਂ ਵਾਲੇ ਹੋ ਭਾਗਾਂ ਵਾਲੇ ਹੋ ਜਿਹੜੇ ਕਿ ਇਸ ਤਰ੍ਹਾਂ ਦੀ ਫਿਲਮ ਇਸ ਇਤਿਹਾਸ ਨਾਲ ਜੁੜੀ ਜਾਂ ਪਰਮਾਤਮਾ ਦੀ ਗੱਲ ਕਰਨ ਵਾਲੀ ਫਿਲਮ ਨਾਲ ਜੁੜਦੇ ਹੋ ਤੁਸੀਂ, ਤਾਂ ਮੈਂ ਤਾਂ ਬਹੁਤ ਖੁਸ਼ ਹਾਂ ਔਰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਜਿਵੇਂ ਅਸੀਂ ਇਸ ਤੋਂ ਪਹਿਲਾਂ ਮੈਂ ਕੀਤੀ ਸੀ ਕੇਸਰੀ ਫਿਲਮ, ਤਾਂ ਉਹ ਸਾਡੇ 21 ਸਿੱਖਾਂ ਦੀ ਕਹਾਣੀ ਸੀਗੀ ਸਾਰਾ ਗੜੀ ਦੀ, ਉਵੇਂ ਜਿਵੇਂ ਇਹ ਕਿੱਸਾ ਹੋ ਗਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਇਤਿਹਾਸਿਕ ਫਿਲਮਾਂ ਬਣ ਗਈਆਂ ਤਾਂ ਮੈਂ ਤਾਂ ਇਹੀ ਅਪੀਲ ਕਰਦਾ ਕਿ ਮੈਂ ਜ਼ਰੂਰ ਹੋਵਾਂ ਉਹਨਾਂ 'ਚ। ਬੀਬੀ ਰਜਨੀ ਨੂੰ ਲੈ ਕੇ ਮੈਂ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਜਿਵੇਂ ਅੱਜ ਕੱਲ੍ਹ ਆਪਾਂ ਬਹੁਤ ਦੇਖ ਰਹੇ ਹਾਂ ਸਮਾਜ ਦੇ ਵਿੱਚ ਨਾ, ਖਾਸ ਕਰਕੇ ਕੁੜੀਆਂ ਅਤੇ ਮੁੰਡੇ ਜਿਹੜੇ ਮੈਰਿਜ ਕਰਾਉਂਦੇ ਉਹਨਾਂ 'ਚ ਸਬਰ ਖਤਮ ਹੁੰਦਾ ਜਾ ਰਿਹਾ ਔਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਤਲਾਕ ਵੀ ਹੁੰਦੇ ਆ, ਇੱਕ ਦੂਜੇ ਨੂੰ ਸਹਿਣ ਨਹੀਂ ਕਰ ਪਾਉਂਦੇ। ਤੁਹਾਨੂੰ ਕੀ ਲੱਗਦਾ ਕਿ ਇਹ ਫਿਲਮ ਆਉਣ ਵਾਲੇ ਟਾਈਮ 'ਚ ਜਿਹੜੀਆਂ ਕੁੜੀਆਂ ਆ ਰਹੀਆਂ ਜਾਂ ਇੰਸਟਾ ਦੇ ਉੱਤੇ ਜਿਹੜੀਆਂ ਭਟਕੀਆਂ ਹੋਈਆਂ ਕੁੜੀਆਂ, ਉਹਨਾਂ ਨੂੰ ਕੀ ਸੁਨੇਹਾ ਦੇ ਸਕਦੀ ਹੈ ਜਾਂ ਉਹਨਾਂ ਨੂੰ ਕਿਉਂ ਦੇਖਣੀ ਚਾਹੀਦੀ ਹੈ ਫਿਲਮ? ਇਹ ਮੇਰਾ ਤੁਹਾਨੂੰ ਸਵਾਲ ਹੈ। ਹਾਂ ਬਿਲਕੁਲ, ਉਹਨਾਂ ਨੇ ਦੱਸਿਆ ਕਿ ਜਿਹੜਾ ਸਬਰ ਆ ਉਹ ਕਿੰਨਾ ਜ਼ਰੂਰੀ ਆ, ਉਹ ਕੋਈ ਸਵਾਲ ਵੀ ਕਰ ਸਕਦੇ ਸੀਗੇ ਜਿਹੜੇ ਬੀਬੀ ਰਜਨੀ ਸੀਗੇ। ਹਾਲਾਂਕਿ ਔਰ ਰਿਸ਼ਤਾ ਉਹਨਾਂ ਦੀ ਭੈਣਾਂ ਨੂੰ ਵੀ ਆਇਆ ਸੀਗਾ, ਹੈ ਨਾ, ਉਹਨਾਂ ਕਿ ਜਾਂ ਮਤਲਬ ਉਹਨਾਂ ਨੂੰ ਆਇਆ ਸੀ, ਉਹ ਕਹਿੰਦੇ ਕਿ ਨਹੀਂ ਤੁਸੀਂ ਮੇਰੀਆਂ ਭੈਣਾਂ ਦਾ ਕਰ ਦਿਓ ਕਿ ਮੈਂ ਛੋਟੀ ਹਾਂ, ਉਹਨਾਂ ਦਾ ਰਿਸ਼ਤਾ ਕਰ ਦਿਓ। ਉਹ ਕਹਿ ਵੀ ਸਕਦੇ ਸੀਗੇ, ਉਹ ਜਾਂ ਕੋਈ ਸਵਾਲ ਜਵਾਬ ਵੀ ਕਰ ਸਕਦੇ। ਉਹਨਾਂ ਨੇ ਰੱਬ ਦਾ ਭਾਣਾ ਮੰਨਿਆ ਕਿ ਕੋਈ ਗੱਲ ਨਹੀਂ, ਕੋਈ ਤਾਂ ਚੰਗਾ ਹੋਊਗਾ, ਮੈਂ ਰੱਬ ਨੂੰ ਮੰਨਦੀ ਹਾਂ, ਚੰਗਾ ਤਾਂ ਹੋਊਗਾ ਨਾ ਕੁਛ। ਬਸ ਇਹੀ ਮੈਂ ਕਹਿਣਾ ਚਾਹੁੰਦਾ ਕਿ ਜੋ ਰਜਨੀ ਬੀਬੀ ਰਜਨੀ ਨੇ ਆਪਣਾ ਵਿਸ਼ਵਾਸ ਰੱਖਿਆ ਪਰਮਾਤਮਾ 'ਚ, ਅਤੇ ਜਿਹੜੀਆਂ ਅੱਜ ਕੱਲ੍ਹ ਕੁੜੀਆਂ ਮੁੰਡੇ ਆ ਉਹ ਵੀ ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਜੋ ਕਰਦਾ ਚੰਗਾ ਕਰਦਾ। ਔਰ ਮੈਂ ਰਿਕੁਐਸਟ ਕਰਦਾ ਕਿ ਇੰਸਟਾ ਦੇ ਉੱਤੇ ਥੋੜ੍ਹਾ ਜਿਹਾ ਸੰਭਲ ਕੇ ਕੁੜੀਆਂ ਨੂੰ ਚੱਲਣਾ ਚਾਹੀਦਾ। ਸੈੱਟ 'ਤੇ ਬਹੁਤ ਪੋਜ਼ਿਟਿਵ ਮਾਹੌਲ ਸੀਗਾ, ਅਮਰ ਬਾਈ ਦੀ ਟੀਮ ਬਹੁਤ ਕਮਾਲ ਦੀ ਟੀਮ ਹੈ, ਹੈ ਨਾ, ਇਹਨਾਂ ਨਾਲ ਮੈਂ ਪਹਿਲਾਂ ਵੀ ਕੰਮ ਕਰ ਚੁੱਕਿਆ, ਆਰ ਮਲਕਾਣਾ ਬਾਈ ਹੋ ਗਏ, ਇਹਨਾਂ ਦੇ ਜਿੰਨੇ ਵੀ ਹੈਗੇ ਆ, ਸਨੀ ਹੋਰੀ, ਬੱਲ ਬਾਈ ਹੋਰੀ, ਮਤਲਬ ਇੱਕ ਨਾ ਹੁੰਦਾ ਇੱਕ ਐਕਟਰ ਨੂੰ ਐਕਟਰ ਫੀਲ ਕਰਾਉਣਾ, ਉਹ ਬਹੁਤ ਜ਼ਰੂਰੀ ਹੁੰਦਾ ਸੈੱਟ ਦੇ ਉੱਤੇ, ਤਾਂ ਕਿ ਉਹ ਕੰਫਰਟ ਜ਼ੋਨ 'ਚ ਆ ਕੇ ਕੰਮ ਕਰ ਸਕੇ। ਔਰ ਇਹ ਸਾਰੀ ਟੀਮ ਹੀ ਐਕਟਰ ਨੂੰ ਐਕਟਰ ਫੀਲ ਕਰਾਉਂਦੇ ਆ ਕਿ ਤੁਸੀਂ ਭਾਅ ਜੀ ਬਹੁਤ ਇੰਪੋਰਟੈਂਟ ਹਿੱਸਾ ਹੋ, ਤੁਸੀਂ ਐਕਟਰ ਹੋ, ਤੁਸੀਂ ਬਹੁਤ ਸਾਡੇ ਲਈ ਕੀਮਤੀ ਹੋ ਔਰ ਆਪਣੇ ਆਪ ਨੂੰ ਸੰਭਾਲ ਕੇ ਰੱਖੋ। ਸੈੱਟ ਦੇ ਉੱਤੇ ਵੀ ਸਾਨੂੰ ਇੱਦਾਂ ਹਦਾਇਤਾਂ ਦਿੰਦੇ ਰਹਿੰਦੇ ਕਿ ਭਾਅ ਜੀ ਨਹੀਂ ਇੱਦਾਂ ਕੁਛ ਮਤ ਕੁਛ ਨਾ ਕਰਿਓ ਜਿਹਦੇ ਨਾਲ ਤੁਹਾਨੂੰ ਕੋਈ ਸੱਟ ਫੇਟ ਲੱਗ ਜਾਏ ਜਾਂ ਕੁਛ ਇੱਦਾਂ ਦਾ ਨਾ ਖਾਇਓ ਜਿਹਦੇ ਨਾਲ ਤੁਸੀਂ ਬਿਮਾਰ ਹੋ ਜਾਓ, ਕਿ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ, ਤੁਸੀਂ ਸਾਨੂੰ ਪ੍ਰੋਪਰ 9x9 ਚਾਹੀਦੇ ਹੋ। ਤਾਂ ਇੱਕ ਫਿਕਰ ਹਰੇਕ ਟੀਮ ਲਈ ਅੱਛੀ ਗੱਲ ਹੈ ਔਰ ਬਾਈ ਦੀ ਟੀਮ ਤਾਂ ਬਾਕਮਾਲ ਹੈ। ਜਿਹਦੇ ਅੰਦਰ ਦੇਖਿਆ ਗਿਆ ਉਹ ਫਿਲਮ ਕਾਫੀ ਲੋਕਾਂ ਨੇ ਪਸੰਦ ਕੀਤੀ, ਸਾਰੇ ਰੋ ਵੀ ਰਹੇ ਸੀਗੇ, ਹੈ ਨਾ, ਉਹ ਅਟੈਚ ਕਰ ਰਹੇ ਸੀਗੇ ਉਸ ਚੀਜ਼ ਨੂੰ, ਐਕਟਿੰਗ ਲੱਗਦੀ ਨਹੀਂ ਸੀ, ਤਾਂ ਲੱਗਦਾ ਸੀ ਕਿ ਨੈਚੁਰਲ ਸਾਰਾ ਕੁਝ ਚੱਲ ਰਿਹਾ ਆ, ਹੈ ਨਾ, ਵੀ ਇਹੀ ਕੁੜੀ ਆ, ਇਹੀ ਰਾਜਾ ਆ, ਇਹੀ ਸਾਰਾ ਕੁਝ ਚੱਲਦਾ ਪਿਆ। ਮੈਨੂੰ ਦੱਸੋ ਵੀ ਸੈੱਟ 'ਤੇ ਜਦੋਂ ਤੁਸੀਂ ਸ਼ੂਟ ਕਰਦੇ ਸੀਗੇ ਰੋਏ ਕਿੰਨੀ ਵਾਰ ਸੀਗੇ ਅਸਲ ਦੇ ਵਿੱਚ? ਲਿਟਰਲੀ ਮੈਂ ਤੁਹਾਨੂੰ ਇੱਕ ਸੱਚ ਦਾ ਦੱਸਾਂ, ਮੈਂ ਬਹੁਤ ਫਿਲਮਾਂ ਦੇ ਵਿੱਚ ਇਹ ਹੈ ਕਿ ਸੀਨ ਪਤਾ ਹੁੰਦਾ, ਸੀਨ ਚੱਲ ਰਿਹਾ, ਇਮੋਸ਼ਨਲ ਨਹੀਂ ਹੋਏ ਕਦੇ, ਪਰ ਇਹਦੇ ਵਿੱਚ ਅਸੀਂ ਭੁੱਲ ਜਾਂਦੇ ਸੀਗੇ ਕਈ ਵਾਰੀ, ਜਦੋਂ ਛਮਕਾ ਮਾਰਨ ਵਾਲਾ ਸੀਨ ਸੀਗਾ ਜਾਂ ਬੀਬੀ ਰਜਨੀ ਦੇ ਵਿਆਹ ਵਾਲਾ ਸੀਨ ਚੱਲ ਰਿਹਾ ਸੀ, ਅਸੀਂ ਮੈਂ ਵਿਕਰਮ ਬਾਈ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਕਿਸੇ ਨੇ ਗਲੈਸਰੀਨ ਯੂਜ਼ ਹੀ ਨਹੀਂ ਕੀਤੀ, ਸਾਰੇ ਰੀਅਲ ਰੋ ਰਹੇ ਸੀਗੇ। ਅਰ ਇਹ ਨਹੀਂ ਕਿ ਰੋਂਦੇ ਜਾ ਰਹੇ ਸੀ, ਰੋਂਦੇ ਜਦੋਂ ਕੱਟ ਹੁੰਦਾ ਸੀ ਸੰਭਲ ਜਾਂਦੇ ਸੀਗੇ, ਬਟ ਉਹ ਜਦੋਂ ਮਾਹੌਲ ਚੱਲਦਾ ਸੀ ਨਾ ਇੱਕ ਕਿ ਇੱਕ ਥੋਟ ਆਉਂਦਾ ਕਿ ਅਸੀਂ ਇੱਕ ਫਿਲਮ ਕਰ ਰਹੇ ਹਾਂ, ਸਾਡੀ ਅਸੀਂ ਇੱਥੇ ਖੜ੍ਹੇ ਇਹ ਫੀਲ ਕਰ ਰਹੇ ਹਾਂ ਕਿੰਨਾ ਬੁਰਾ ਹੋ ਰਿਹਾ, ਜਿਹਦੇ ਨਾਲ ਰੀਅਲ ਇਹ ਘਟਨਾ ਵਾਪਰੀ ਸੀ, ਜਿਨ੍ਹਾਂ ਨਾਲ ਰੀਅਲ ਇੰਸੀਡੈਂਟਸ ਹੋਇਆ ਸੀ ਇਹ, ਉਸ ਟਾਈਮ ਜਿਹੜੇ ਲੋਕ ਉੱਥੇ ਮੌਜੂਦ ਸੀ
ਉਹਨਾਂ ਦੇ ਕੀ ਬੀਤੀ ਹੋਣੀ ਹੈ ਜਾਂ ਉਹ ਕੀ ਫੀਲ ਕਰ ਰਹੇ ਹੋਣੇ ਆ। ਅਸੀਂ ਤਾਂ ਇੱਕ ਚਲੋ ਇੱਕ ਪਾਰਟ ਆਫ ਐਕਟਿੰਗ ਕਰ ਰਹੇ ਹਾਂ, ਪਰ ਉਹ ਤਾਂ ਰੀਅਲ ਸੀ ਨਾ, ਤਾਂ ਉਹ ਬੜਾ ਬਾਅਦ 'ਚ ਵੀ ਸੋਚ ਕੇ ਬੜਾ ਦਿਲ ਦੁਖਦਾ ਹੁੰਦਾ ਸੀ ਯਾਰ ਕੈਸੇ ਲੋਕ ਸੀ ਉਹ। ਐਜ਼ ਏ ਆਰਟਿਸਟ ਸਰ ਤੁਸੀਂ ਇੰਨੀ ਬਾਕਮਾਲ ਫਿਲਮ ਦੇ ਵਿੱਚ ਹੁਣ ਕੰਮ ਕੀਤਾ ਆ, ਪਹਿਲਾਂ ਕਾਫੀ ਸਮੇਂ ਤੋਂ ਬਹੁਤ ਵਧੀਆ ਫਿਲਮਾਂ ਬਣਦੀਆਂ ਆ ਰਹੀਆਂ ਨੇ, ਆਪਾਂ ਮਸਤਾਨੇ ਵੀ ਦੇਖੀ, ਹੋਰ ਵੀ ਬਹੁਤ ਵਧੀਆ ਫਿਲਮਾਂ ਨੇ, ਅਰਦਾਸ ਕਰਾਂ ਆ ਰਹੀ ਆ, ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੀਆਂ ਫਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜਾ ਸਾਡਾ ਯੂਥ ਹੈ ਜਿਹੜਾ ਭਟਕ ਗਿਆ ਉਹਨਾਂ ਨੂੰ ਵੀ ਮੈਸੇਜ ਮਿਲਦਾ ਰਹੇ ਟਾਈਮ ਟੂ ਟਾਈਮ? ਦੇਖੋ ਕੁਝ ਫਿਲਮਾਂ ਹੁੰਦੀਆਂ ਨਾ ਫਾਈਨੈਂਸ਼ਲੀ ਕਮਾਈ ਵਾਸਤੇ, ਕੁਝ ਫਿਲਮਾਂ ਹੁੰਦੀਆਂ ਆਤਮਿਕ ਕਮਾਈ ਵਾਸਤੇ, ਅੰਦਰੂਨੀ ਸਕੂਨ ਵਾਸਤੇ। ਇਹ ਫਿਲਮਾਂ ਉਹ ਨੇ ਜਿਹੜੀਆਂ ਸਕੂਨ ਵਾਸਤੇ ਨੇ, ਔਰ ਇੰਡਸਟਰੀ 'ਚ ਫਿਲਮਾਂ ਇਸ ਲਈ ਬਣਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਸਾਡੇ ਵਰਗੇ ਐਕਟਰਾਂ ਨੂੰ ਲੋਕ ਸੀਰੀਅਸ ਲੈਂਦੇ ਆ। ਜੇ ਕੋਈ ਸਟਾਰ ਸਿਗਰਟ ਪੀਂਦਾ ਤਾਂ ਬਹੁਤ ਸਾਰੇ ਬੱਚੇ ਉਹਨੂੰ ਦੇਖ ਕੇ ਸਿਗਰਟ ਪੀਣ ਲੱਗ ਜਾਂਦੇ ਆ। ਜੇ ਕੋਈ ਸਟਾਰ ਕੋਈ ਫਿਲਮ ਵਾਲਾ ਵੱਡਾ ਹੀਰੋ ਵੱਡਾ ਐਕਟਰ ਕੋਈ ਪਾਨ ਖਾਂਦਾ ਕੁਛ ਵੀ ਖਾਂਦਾ ਚੰਗਾ ਕੰਮ ਕਰਦਾ ਤਾਂ ਚੰਗਾ ਕੰਮ ਵੀ ਕਰਦੇ ਆ। ਤਾਂ ਸਾਨੂੰ ਸਮੇਂ ਸਮੇਂ 'ਤੇ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਫਿਲਮਾਂ ਕਰਨੀਆਂ ਬਹੁਤ ਜ਼ਰੂਰੀ ਆ ਕਿਉਂਕਿ ਬੱਚੇ ਨਵੀਂ ਜਨਰੇਸ਼ਨ ਸਾਡੇ ਵਰਗੇ ਐਕਟਰਾਂ ਤੋਂ ਕਹਿ ਲਓ ਜਾਂ ਹੋਰ ਅੱਛੇ ਜਿਵੇਂ ਯੋਗਰਾਜ ਭਾਅ ਜੀ ਹੋ ਗਏ ਹੈ ਨਾ, ਰੂਪੀ ਮੈਮ ਹੋ ਗਏ, ਇਹਨਾਂ ਤੋਂ ਪ੍ਰਭਾਵਿਤ ਬਹੁਤ ਹੁੰਦੇ ਆ। ਤਾਂ ਕਿਉਂ ਨਾ ਇਹਨਾਂ ਦੇ ਪ੍ਰਭਾਵ ਦਾ ਫਾਇਦਾ ਚੱਕਿਆ ਜਾਵੇ, ਇਹੋ ਜਿਹੀਆਂ ਫਿਲਮਾਂ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਜਾਂ ਜਿਹੜੇ ਮਾੜਾ ਮੋਟਾ ਭਟਕਣ ਦੀ ਕਗਾਰ 'ਤੇ ਨੇ ਉਹਨਾਂ ਨੂੰ ਰੋਕਿਆ ਜਾਵੇ। ਤਾਂ ਇਹ ਫਿਲਮਾਂ ਬਣਨੀਆਂ ਇਸ ਲਈ ਜ਼ਿਆਦਾ ਜ਼ਰੂਰੀ ਹੈ, ਸਾਡਾ ਜਿਹੜਾ ਬੱਚੇ ਆ ਉਹ ਯੂਥ ਬਣਨਾ, ਯੂਥ ਦੇ ਹੱਥਾਂ 'ਚ ਹੀ ਦੇਸ਼ ਹੁੰਦਾ, ਤਾਂ ਅਸੀਂ ਪੂਰੇ ਦੇਸ਼ ਨੂੰ ਬਚਾ ਸਕਦੇ ਹਾਂ। ਮੈਨੂੰ ਦੱਸੋ ਸਰ ਜਿਹੜੇ ਯੋਗਰਾਜ ਸਰ ਨੇ, ਤੁਸੀਂ ਫਿਲਮ ਦੇ ਵਿੱਚ 24 ਘੰਟੇ ਹੀ ਉਹਨਾਂ ਦੇ ਨਾਲ ਹੋ ਹੈ ਨਾ, ਜੇ ਤਾਂ ਉਹ ਮਾੜਾ ਜਿਹਾ ਵੀ ਦਬਕਾ ਮਾਰਦੇ ਨੇ ਬੰਦਾ ਇੱਦਾਂ ਹੋ ਜਾਂਦਾ, ਤੁਸੀਂ ਕਿੰਨੀ ਵਾਰੀ ਹੋਏ ਸੀਗੇ? ਮੈਂ ਤੁਹਾਨੂੰ ਕਿੱਸਾ ਮੇਰੇ ਕੋਲ ਇੱਕ ਹੋਰ ਫਿਲਮ ਦਾ ਹੈਗਾ, ਪਰ ਯੋਗਰਾਜ ਭਾਅ ਜੀ ਵਰਗੇ ਨਾਈਸ ਪਰਸਨ, ਦੇਖੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਨਾ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ, ਉਹ ਬਹੁਤ ਵੱਡੇ ਐਕਟਰ ਨੇ, ਉਹ ਜੇ ਕਿਸੇ ਨੂੰ ਨਾਮ ਹੀ ਬੁਲਾਉਣਗੇ ਤਾਂ ਕਿਸੇ ਨੂੰ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਪਰ ਤੁਸੀਂ ਯਕੀਨ ਕਰੋ ਸੈੱਟ ਦੇ ਉੱਤੇ ਐਸਾ ਕੋਈ ਬੰਦਾ ਨਹੀਂ ਹੈ ਜਿਹੜੇ ਬੰਦੇ ਨੂੰ ਪਿਆਰ ਨਾਲ ਬੁਲਾਉਂਦੇ ਨਹੀਂ, ਜਦੋਂ ਵੀ ਕੋਈ ਉਹਨੂੰ ਜਾ ਕੇ ਪੁੱਛਦਾ ਕੋਈ ਗੱਲ ਕਰਦੇ ਉਹਨੂੰ ਬਿਠਾ ਕੇ ਗੱਲ ਕਰਦੇ ਆ। ਤੁਸੀਂ ਜਿਵੇਂ ਆਪਣੇ ਕਈ ਆਪਾਂ ਕਹਿ ਦਿੰਦੇ ਨੇ ਆਉਂਦੇ ਹੁੰਦੇ ਆ ਜਿਵੇਂ ਕਰਾਊਡ ਵਾਲੇ ਆਉਂਦੇ ਹੁੰਦੇ ਜੂਨੀਅਰ ਆਰਟਿਸਟ, ਉਹਨਾਂ ਨਾਲ ਬਹਿ ਕੇ ਮਹਿਫਲ ਲਾ ਲੈਂਦੇ ਸੀਗੇ ਮੰਜੇ 'ਤੇ ਬਹਿ ਕੇ, ਮਤਲਬ ਬਹੁਤ ਹੀ ਨਾਈਸ ਪਰਸਨ ਨੇ। ਲੋਕ ਕੁਛ ਉਹਨਾਂ ਬਾਰੇ ਕੀ ਕਹਿ ਰਿਹਾ ਉਹਨਾਂ ਦੀ ਮੈਨੂੰ ਲੱਗਦਾ ਪਰਵਾਹ ਨਹੀਂ ਕਰਨੀ ਚਾਹੀਦੀ, ਬਟ ਤੁਸੀਂ ਇੱਕ ਰੱਖੋ ਕਿ ਇੱਕ ਸਾਡਾ ਫਿਲਮ ਦੇ ਵਿੱਚ ਮੈਂ ਖੜ੍ਹਾ ਹੁੰਦਾ ਇਹਨਾਂ ਦਾ ਇੱਦਾਂ ਕਰਕੇ, ਇਹ ਅਕਸਰ ਹੀ ਮੇਰੀ ਢੂਈ 'ਤੇ ਐਂ ਮਾਰਦੇ ਹੁੰਦੇ ਸੀਗੇ ਵੀ ਚਲੋ, ਤਾਂ ਮੇਰੇ ਪੈਰ ਉੱਖੜ ਜਾਂਦੇ ਸੀ, ਮੈਂ ਮਸਾਂ ਰੋਕਦਾ ਹੁੰਦਾ ਸੀਗਾ ਚੱਲਦੇ ਸੀਨ 'ਚ, ਮੈਂ ਬਹੁਤ ਕੰਟਰੋਲ ਕਰਦਾ ਹੁੰਦਾ ਸੀਗਾ। ਤਾਂ ਇੱਥੇ ਵੀ ਮੈਨੂੰ ਇਹੀ ਹੁੰਦਾ ਸੀ ਵੀ ਕਦੋਂ ਮੇਰੇ ਮਗਰ ਨਾ ਮਾਰ ਦੇਣ ਕਿਤੇ, ਚਲੋ ਇੱਥੇ ਮੈਂ ਬਚਦਾ ਰਿਹਾ ਕਾਫੀ ਕਿਉਂਕਿ ਫਿਲਮ ਉੱਦਾਂ ਦੀ ਸੀ, ਪਰ ਭਾਅ ਜੀ ਨਾਲ ਕੰਮ ਕਰਕੇ ਅਕਸਰ ਸਵਾਦ ਆਉਂਦਾ ਔਰ ਮੈਂ ਹਰ ਵਾਰ ਭਾਅ ਜੀ ਨਾਲ ਕੰਮ ਕਰਨਾ ਚਾਹਾਂਗਾ, ਮੇਰੀ ਇੱਛਾ ਹੈ ਜੀ। ਮੈਂ ਉਹਨਾਂ ਨੂੰ ਕਹਾਂਗਾ ਕਿ ਜੇ ਤੁਸੀਂ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੋ, ਸੱਚੀ ਫਿਕਰਮੰਦ ਹੋ, ਤਾਂ ਆਪਣੇ ਬੱਚਿਆਂ ਨੂੰ ਲੈ ਕੇ ਇਹ ਫਿਲਮ ਜ਼ਰੂਰ ਦੇਖਣਾ। ਬਾਕੀ ਤੁਸੀਂ ਫਿਲਮ ਦੀ ਕਮਾਈ ਛੱਡੋ, ਐਕਟਰ ਕੌਣ ਹੈ ਛੱਡੋ, ਕਿਉਂ ਦੇਖਣੀ ਚਾਹੀਦੀ ਹੈ ਸਭ ਛੱਡੋ, ਸਿਰਫ ਆਪਣੇ ਮਤਲਬ ਲਈ ਦੇਖੋ ਫਿਲਮ, ਆਪਣੇ ਬੱਚਿਆਂ ਲਈ ਫਿਲਮ ਦੇਖੋ, ਹੋਰ ਕਾਸੇ ਲਈ ਫਿਲਮ ਨਾ ਦੇਖੋ ਜੀ। ਥੈਂਕ ਯੂ ਸਰ।